ਹੈਲੋ। ਹਾਂਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇਕਬਾਲ ਸਿੰਘ ਬੋਲ ਰਿਹਾ, ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ। ਸਵਾਗਤ, ਸਤਿ ਸ਼੍ਰੀ ਅਕਾਲ ਜੀ। ਹੁਣ ਪਿੰਡਾਂ ਵਾਲੇ ਸ਼ਹਿਰੀਆਂ ਨਾਲੋਂ ਨਾ ਘੱਟ ਕਹਾਉਂਦੇ ਆ, ਆਰਓ ਸਿਸਟਮ ਲੱਗਿਆ ਪਾਣੀ ਫਿਲਟਰ ਪੀਂਦੇ ਆ, ਕਿਉਂਕਿ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਆ ਗਈਆਂ। ਪਿੰਡ ਹੁਣ ਇੱਕ ਨਮੂਨੇ ਦੇ ਪਿੰਡ ਬਣ ਗਿਆ ਜੀ, ਸ਼ਹਿਰਾਂ ਨਾਲੋਂ ਬਹੁਤ ਵਧੀਆ ਪਿੰਡ ਬਣ ਗਿਆ। ਪਰ ਕਿਤੇ ਨਾ ਕਿਤੇ ਸਾਡੀਆਂ ਥੋੜੀਆਂ ਜਿਹੀਆਂ ਦਿੱਕਤਾਂ, ਜੇ ਸਿਹਤ ਤੇ ਸਿੱਖਿਆ ਦੀ ਗੱਲ ਕਰਦੇ ਆ, ਸਾਡੇ ਪਿੰਡਾਂ ਦੇ ਵਿੱਚ ਬਹੁਤ ਵਧੀਆ CHC ਵਰਗੇ ਬਹੁਤ ਵਧੀਆ ਹਸਪੀਟਲ ਵੀ ਬਣ ਗਏ। ਪਿੰਡਾਂ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਸਾਡੇ NRI ਨੇ ਇੰਨੀਆਂ ਵਧੀਆ ਸਕੂਲਾਂ ਦੀਆਂ ਬਿਲਡਿੰਗਾਂ ਬਣਾਤੀਆਂ, ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਉਹਨਾਂ ਨੂੰ ਦੇਖ ਕੇ। ਪਰ ਮੈਂ ਇੱਕ ਚੀਜ਼ ਦੇਖਦਾ ਵੀ ਉੱਥੇ ਕੋਈ ਟੀਚਰ ਆ ਨਹੀਂ ਰਿਹਾ, ਜੇ ਆ ਵੀ ਜਾਂਦਾ ਨਾ ਪਤਾ ਨਹੀਂ ਵੀ ਉਹ ਪਿੰਡਾਂ ਦੇ ਵਿੱਚ ਭੰਨੀ ਕਾਹਤੋਂ ਕਤਰਾਉਂਦੇ ਆ। ਇਸ ਕਰਕੇ ਸਾਡੀ ਸਿੱਖਿਆ ਨੂੰ ਤੇ ਸਿਹਤ ਨੂੰ ਇਹ ਸਮੱਸਿਆ। ਤੇ ਬਾਕੀ ਵੱਡੀ ਗੱਲ ਇਹ ਆ ਵੀ ਅਗਰ ਪਿੰਡਾਂ ਦੇ ਵਿੱਚ ਯੂਥ ਕਲੱਬਾਂ ਬਣਾਈਆਂ ਜਾਣ, ਵੈਸੇ ਬਹੁਤ ਸਾਰੀਆਂ ਯੂਥ ਕਲੱਬਾਂ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ, ਉਹ ਪਿੰਡਾਂ ਦੇ ਵਿਕਾਸ ਦੇ ਵਿੱਚ ਇੱਕ ਅਹਿਮ ਯੋਗਦਾਨ ਪਾ ਸਕਦੀਆਂ, ਕਿਉਂਕਿ ਜਿੰਨੇ ਸਾਡੇ ਨੌਜਵਾਨ ਆ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਆ, ਉਹਨਾਂ ਨੂੰ ਬਚਾ ਸਕਦੀਆਂ। ਪਿੰਡ ਦਾ ਵਿਕਾਸ ਵੀ ਹੁੰਦਾ, ਪਿੰਡ ਦੇ ਨੌਜਵਾਨ ਮੂਹਰੇ ਲੱਗ ਕੇ ਜਿੱਥੇ ਸਵੱਛਤਾ ਵਰਗੀਆਂ ਮੁਹਿੰਮਾਂ ਨੂੰ ਵੀ ਮਤਲਬ ਉਹਨਾਂ ਨੂੰ ਚੰਗਾ ਹੰਗਾਰਾ ਮਿਲਦਾ। ਇਸ ਤਰ੍ਹਾਂ ਦੇ ਅਗਰ ਹੋਰ ਵੀ ਨੌਜਵਾਨ ਪਿੰਡਾਂ ਦੇ ਵਿੱਚ ਯੂਥ ਕਲੱਬਾਂ ਬਣਾ ਕੇ ਮਤਲਬ ਉਪਰਾਲੇ ਕਰਨ, ਖੇਡਾਂ ਵੀ ਕਰਾਉਂਦੇ ਆ ਹੋਰ, ਇਹਦੇ ਨਾਲ ਸਾਡੇ ਪਿੰਡਾਂ ਦਾ ਬਹੁਤ ਸਾਰਾ ਵਿਕਾਸ ਹੋ ਸਕਦਾ ਹੈ। ਸ਼ੁਕਰੀਆ, ਪੂਰਾ ਕੰਪਾਈਲ ਕਰ ਦਿੱਤਾ ਜੀ ਸਾਡੇ ਦਰਸ਼ਕ ਨੇ ਰਿਪੋਰਟ ਨੂੰ, ਸੋ ਤੁਸੀਂ ਕੀ ਵਿਚਾਰ ਦੇਣਾ ਚਾਹੋਗੇ? ਇਹ ਸਾਡੇ ਦਰਸ਼ਕ ਵੀਰ ਜਿਹੜੇ ਪਿੰਡ ਹਠੂਰ ਤੋਂ ਬੋਲ ਰਹੇ ਸੀਗੇ, ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਹਠੂਰ ਵਾਲੇ ਕਬੱਡੀ ਦਾ ਟੂਰਨਾਮੈਂਟ ਹਰ ਸਾਲ ਸ਼ਾਨਦਾਰ ਤਰੀਕੇ ਨਾਲ ਕਰਾਉਂਦੇ ਨਾ, ਔਰ ਇਸ ਪਿੰਡ ਦੇ ਜਿਹੜੇ ਕਬੱਡੀ ਦੇ ਪਲੇਅਰ ਹੈ ਉਹ ਇੰਡੀਆ ਦੀ ਟੀਮ ਵੱਲੋਂ ਖੇਡ ਕੇ ਸਾਡੇ ਦੇਸ਼ ਵਾਸਤੇ ਨਾਮਨਾ ਜਿਹੜੇ ਖੱਟ ਰਹੇ ਨੇ। ਔਰ ਇਹਨਾਂ ਸਹੀ ਗੱਲ ਕੀਤੀ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਯੂਥ ਕਲੱਬਾਂ ਰਾਹੀਂ ਸਿਹਤ ਆਪਣੇ ਸਿਹਤ ਨੂੰ ਮੁੱਖ ਰੱਖਦੇ ਹੋਏ ਨਰੋਆ ਸਮਾਜ ਸਿਰਜਣ ਵਾਸਤੇ ਜਿਹੜਾ ਅੱਗੇ ਆਉਣਾ ਚਾਹੀਦਾ ਹੈ। ਇਸ ਕੰਮ ਦੇ ਵਿੱਚ ਸਰਕਾਰ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ। ਮਾਨਯੋਗ ਸਾਧ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੀ ਯੋਗ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੇ ਵਿੱਚ ਸਪੋਰਟਸ ਕਿੱਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹਨ, ਯੂਥ ਕਲੱਬਾਂ ਨੂੰ ਜਿਹੜੀ ਹੈ ਸਹਾਇਤਾ ਦਿੱਤੀ ਜਾ ਰਹੀ ਹੈ, ਔਰ ਜਿਮਸ ਦੀ ਜਿਹੜੇ ਹੈਗੇ ਆ ਪ੍ਰੋਵਾਈਡ ਕਰਨ ਵਾਸਤੇ ਉਹਨਾਂ ਦੀ ਉਸਾਰੀ ਵਾਸਤੇ ਔਰ ਉਹਨਾਂ ਦਾ ਜਿਹੜਾ ਜਿਮਸ ਦਾ ਸਮਾਨ ਦੇਣ ਵਾਸਤੇ ਜਿਹੜਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਿਹੜਾ ਉਹ ਹਮਲਾ ਮਾਰਿਆ ਜਾ ਰਿਹਾ ਜੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਾਂਗਾ ਸਾਰੇ ਪਿੰਡ ਜਿਹੜੇ ਹੈ ਜੀ ਉਹ ਉਹਨਾਂ ਦੇ ਵਿੱਚ ਜਿਮ ਅਤੇ ਜਿਮ ਦਾ ਸਮਾਨ ਅਤੇ ਪਲੱਸ ਜਿਹੜੀਆਂ ਖੇਡ ਕਿੱਟਾਂ ਪਹੁੰਚਾਈਆਂ ਜਾ ਰਹੀਆਂ ਨੇ। ਮਨਪ੍ਰੀਤ, ਇੱਕ ਗੱਲ ਜੋ ਕਾਫੀ ਚਰਚਾ 'ਚ ਰਹੀ ਸੀ, ਖਬਰਾਂ 'ਚ ਰਹੀ ਸੀ, ਜਿਸ ਤਰ੍ਹਾਂ ਸਾਡੇ ਦਰਸ਼ਕ ਨੇ ਵੀ ਇਸ਼ਾਰਾ ਕੀਤਾ ਹੈ ਕਿ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ, ਤਾਂ ਕੁਝ ਇੱਕ ਪਿੰਡ ਵਾਸੀਆਂ ਨੇ ਮਿਲ ਕੇ ਐਪਲੀਕੇਸ਼ਨਸ ਵੀ ਦਿੱਤੀਆਂ ਸੀ ਕਿ ਸਾਡੇ ਪਿੰਡ ਦੇ ਨੇੜੇ ਕੋਈ ਵੀ ਲੀਕੁਅਰ ਦੀ ਸ਼ੌਪ, ਕੋਈ ਵਾਈਨ ਦੀ ਸ਼ੌਪ ਨਹੀਂ ਹੋਣੀ ਚਾਹੀਦੀ, ਨੌਜਵਾਨਾਂ 'ਤੇ ਬੁਰਾ ਅਸਰ ਪੈਂਦਾ ਹੈ। ਇਸ ਤਰ੍ਹਾਂ ਦੀ ਕੋਈ ਖਬਰ ਜੋ ਪਿਛਲੇ ਦਿਨੀ ਰਹੀ ਹੈ ਜੀ, ਉਹਦਾ ਕੀ ਅਸਰ ਰਿਹਾ ਹੈ ਕਿ ਪਿੰਡ ਵਾਲਿਆਂ ਨੇ ਮਿਲ ਕੇ ਜਿਹੜੀਆਂ ਅਰਜ਼ੀਆਂ ਦਿੱਤੀਆਂ ਸੀ ਅਤੇ ਉਹਦੇ ਉੱਤੇ ਕੀ ਕਾਰਵਾਈ ਹੋਈ? ਸੰਜੀਵ ਜੀ, ਜਿਵੇਂ ਤੁਸੀਂ ਦੱਸਿਆ ਹੈ ਕਿ ਪਿੰਡਾਂ ਦੇ ਲੋਕ ਜਾਗਰੂਕਤਾ ਪਿੰਡਾਂ ਦੇ ਲੋਕਾਂ ਦੀ ਵੱਧ ਰਹੀ ਹੈ ਜੀ, ਔਰ ਪਿੰਡਾਂ ਦੇ ਲੋਕ ਨਸ਼ਿਆਂ ਦੀ ਗ੍ਰਿਫਤ ਤੋਂ ਦੂਰ ਹੋਣਾ ਚਾਹੁੰਦੇ ਨੇ ਜੀ। ਨੌਜਵਾਨ ਇਸ ਕੰਮ ਦੇ ਵਿੱਚ ਅੱਗੇ ਆ ਰਹੇ ਹਨ, ਨੌਜਵਾਨ ਲੜਕੀਆਂ ਅੱਗੇ ਆ ਰਹੀਆਂ ਹਨ, ਬੀਬੀਆਂ ਅੱਗੇ ਆ ਰਹੀਆਂ ਹਨ, ਪਰਿਵਾਰਕ ਤੌਰ 'ਤੇ ਉਹਨਾਂ ਦੀ ਸੋਚ ਜਿਹੜੀ ਬਦਲ ਰਹੀ ਹੈ, ਔਰ ਇਹਦੇ ਵਿੱਚ ਪੰਚਾਇਤਾਂ ਵੀ ਆਪਣਾ ਬਣਦਾ ਯੋਗਦਾਨ ਜਿਹੜਾ ਪਾ ਰਹੀਆਂ ਨੇ। ਹਾਂਜੀ, ਪਿਛਲੇ ਸਾਲ ਦੇ ਦੌਰਾਨ ਤਕਰੀਬਨ 400 ਦੇ ਕਰੀਬ ਗ੍ਰਾਮ ਪੰਚਾਇਤਾਂ ਨੇ ਅਜਿਹੇ ਮਤੇ ਪਾ ਕੇ ਦਿੱਤੇ ਸੀ ਨੌਜਵਾਨਾਂ ਦੀ ਹਿੰਮਤ ਸਦਕਾ ਕਿ ਸਾਡੇ ਪਿੰਡ ਜਾਂ ਸਾਡੇ ਪਿੰਡ ਦੇ ਆਸ ਪਾਸ ਜਿਹੜਾ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣਾ ਚਾਹੀਦਾ ਜੀ। ਔਰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਐਕਸਾਈਜ਼ ਐਕਟ ਦੇ ਤਹਿਤ ਇਹ ਪ੍ਰਾਵਧਾਨ ਹੈ, ਉਹਦੇ ਵਿੱਚ ਪ੍ਰੋਵੀਜ਼ਨ ਹੈ ਜੀ ਕਿ ਜੇ ਪਿੰਡ ਦੀ ਪੰਚਾਇਤ ਅਜਿਹਾ ਮਤਾ ਪਾ ਕੇ ਦਿੰਦੀ ਹੈ ਤਾਂ ਸਰਕਾਰ ਉਹਦੇ 'ਤੇ ਵਿਚਾਰ ਕਰਕੇ ਉਸ ਪਿੰਡ ਦੇ ਵਿੱਚ ਜਿਹੜਾ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਇਨਕਾਰ ਕਰ ਦਿੰਦੀ ਹੈ। ਔਰ ਪਿੰਡਾਂ ਦੇ ਜਿਹੜੇ ਹੈਗੇ ਨੌਜਵਾਨਾਂ ਨੇ, ਜਿਵੇਂ ਤੁਸੀਂ ਦੱਸਿਆ ਕਿ
ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਔਰ ਪਿੰਡਾਂ ਦੇ ਠੇਕੇ ਜਿਹੜੇ ਸ਼ਰਾਬ ਦੇ ਬੰਦ ਕਰਵਾਏ ਨੇ ਜੀ। ਇਸ ਵੇਲੇ